ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰਾ ਇਹ ਡਿਜ਼ਾਇਨ ਸ਼ੇਅਰ ਕਰਾਂਗੇ। ਸੋ ਇਹ ਜਿਹੜੇ ਹੈਗੇ ਆ ਜੀ, ਬਾਦਲਾ ਵਰਕ ਦੇ ਡਿਜ਼ਾਇਨ ਹੈਗੇ ਆ ਔਰ ਮਸ਼ੀਨ ਇੰਬਰਾਇਡਰੀ ਆ ਇਹ, ਔਰ ਜਾਰਜਟ 'ਤੇ ਬਣੇ ਹੋਏ ਆ। ਤੁਸੀਂ ਇਹਨਾਂ ਨੂੰ ਸੇਮ ਵੀ ਔਡਰ ਕਰ ਸਕਦੇ ਹੋ ਔਰ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਵੀ ਜਿਹੜਾ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ। ਸੋ ਇਹ ਡਿਜ਼ਾਇਨ ਹੈਗਾ ਜੀ, ਇਹ ਫਾਲਸਾ ਸ਼ੇਡ ਹੈ, ਬਿਲਕੁਲ ਬੇਸ ਜਿਹੜਾ ਕਲਰ ਹੈਗਾ ਅਨੀਅਨ ਸ਼ੇਡ ਦਾ ਬਿਲਕੁਲ ਬੇਸ ਕਲਰ ਹੈ ਇਹ, ਪਰਪਲ ਨਹੀਂ ਕਹਿ ਸਕਦੇ ਤੁਸੀਂ ਇਹਨੂੰ। ਔਰ ਇਹ ਜਾਰਜਟ 'ਤੇ ਬਣਿਆ, ਓਨਲੀ ਸ਼ਰਟ ਹੈ ਜੀ, ਇਹ ਰੈਡੀ ਹੈ ਜਿਹੜਾ ਪੀਸ ਹੈ। ਔਰ ਇਹਨੂੰ ਤੁਸੀਂ ਕਿਸੇ ਹੋਰ ਸ਼ੇਡ 'ਤੇ ਵੀ ਬਣਾ ਸਕਦੇ ਹੋ ਔਰ ਐਜ਼ ਇਟ ਇਜ਼ ਇਹਨੂੰ ਵੀ ਬਾਈ ਕਰ ਸਕਦੇ ਹੋ। ਸੋ ਇਹ ਦੇਖੋ, ਇਹਦੀ ਘੇਰੇ ਦੀ ਇੰਬਰਾਇਡਰੀ ਹੈ ਜੀ, ਬਹੁਤ ਹੀ ਬਰੀਕ ਹੈ ਜਿਹੜਾ ਵਰਕ ਕੀਤਾ ਹੋਇਆ ਵਿੱਚ ਹੈ। ਜਿਹੜੇ ਇਹਦੇ ਬਿਲਕੁਲ ਛੋਟੀ ਬੂਟੀ ਦਿੱਤੀ ਹੋਈ ਹੈ, ਸਾਈਡਸ 'ਤੇ ਅਸੀਂ ਥੋੜ੍ਹਾ ਜ਼ਿਆਦਾ ਜਿਹੜਾ ਦਿੱਤਾ ਹੋਇਆ, ਸੈਂਟਰ ਦੇ ਵਿੱਚ ਬਿਲਕੁਲ ਬਰੀਕ ਬੂਟੀ ਹੈ, ਸੈਂਟਰ ਪੈਨਲ ਜਾਂਦਾ ਦੋਨੋਂ ਸਾਈਡਸ ਤੋਂ। ਘੇਰੇ 'ਤੇ ਜਿਵੇਂ ਹੈਵੀ ਹੈ ਜਿਹੜਾ ਬਾਰਡਰ ਬਣ ਕੇ, ਸੈਂਟਰ ਪੈਨਲ ਜਾਂਦਾ, ਵਿੱਚ ਬਰੀਕ ਹੈ, ਸਾਈਡਸ 'ਤੇ ਜਿਹੜੇ ਚੌੜੇ ਕੀਤੀ ਹੋਈ ਹੈ। ਔਰ ਜਿਹੜਾ ਗਲੇ 'ਤੇ ਡਿਜ਼ਾਇਨਿੰਗ ਹੈ ਬਿਲਕੁਲ ਡਿਫਰੈਂਟ ਹੈ, ਇਹ ਗਲੇ 'ਤੇ ਬਣਿਆ ਹੋਇਆ ਔਰ ਸਾਈਡਸ 'ਤੇ ਵੀ ਬਹੁਤ ਹੀ ਬਰੀਕ ਵਰਕ ਹੋਇਆ ਹੋਇਆ। ਸੋ ਇਹਦੇ ਨਾਲ ਜਿਹੜੀ ਬੋਟਮ ਆ ਅਸੀਂ ਕਰੀਪ ਦੀ ਲਗਾਵਾਂਗੇ ਜੀ, ਸੈਮੀ ਕਰੀਪ ਦੇ ਵਿੱਚ। ਔਰ ਦੁਪੱਟਾ ਜਿਹੜਾ ਇਸ ਤਰ੍ਹਾਂ ਦੇ ਸੂਟਸ ਨਾਲ ਅਸੀਂ ਚਨੌਨ ਦਾ ਰੈਡੀ ਕਰਦੇ ਹਾਂ ਵਿਦ ਲੇਸਿਸ, ਇਸ ਤਰ੍ਹਾਂ ਇਹ ਬਾਜੂ 'ਤੇ ਵਰਕ ਹੋਇਆ ਹੋਇਆ ਜੀ। ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਆ ਜਿਹੜਾ ਬਾਏ ਕਰ ਸਕਦੇ ਹੋ ਜੀ। ਚਨੌਨ ਦੁਪੱਟੇ ਨਾਲ ਆ ਜਿਹੜਾ ਤੁਸੀਂ, ਤੁਹਾਨੂੰ ਮੈਂ ਪ੍ਰਾਈਜ਼ ਦੱਸੂੰਗੀ ਵਿਦ ਲੇਸਿਸ। ਸੋ ਇਹ ਸ਼ਰਟ ਹੋ ਗਿਆ ਜੀ, ਇਹਦੇ ਵਿੱਚ ਅਸੀਂ ਸਿੰਗਲ ਜਿਵੇਂ ਸਿੰਗਲ ਥਰੈਡ ਦੀ ਮਸ਼ੀਨ ਇੰਬਰਾਇਡਰੀ ਹੁੰਦੀ ਹੈ ਉਸ ਤਰ੍ਹਾਂ ਜਿਹੜੀ ਇੰਬਰਾਇਡਰੀ ਕੀਤੀ ਹੋਈ ਹੈ ਦੇਖੋ, ਔਰ ਬਹੁਤ ਹੀ ਬਰੀਕ ਵਰਕ ਹੈ। ਔਰ ਜਿਹੜਾ ਨੈਕਸਟ ਸੂਟ ਹੈਗਾ ਜੀ, ਇਹ ਡਬਲ ਡਾਈ ਸੂਟ ਹੈ, ਇਹ ਵੀ ਬਹੁਤ ਬਰੀਕ ਵਰਕ ਹੋਇਆ ਹੋਇਆ ਇਹ ਦੇਖੋ। ਇਸ ਤਰ੍ਹਾਂ ਇਹਦਾ ਜਿਹੜਾ ਘੇਰਾ ਬਣਦਾ, ਉੱਪਰ ਇਹ ਫਲਾਰ ਬਣਦੇ ਆ, ਸੈਂਟਰ ਪੈਨਲ ਬਣਦਾ, ਬਹੁਤ ਬਰੀਕ ਬੂਟੀ ਬਣਦੀ ਹੈ। ਇਹੋ ਜਿਹੀ ਜਿਹੜੀ ਤੁਸੀਂ ਆਪਾਂ ਸੂਟਸ ਤਿਆਰ ਕਰਦੇ ਹਾਂ ਉਹਦੇ ਲਈ ਜਿਹੜੀ ਕਾਫੀ ਟਾਈਮਿੰਗ ਲੱਗਦੀ ਹੈ, ਸੋ ਇਹ ਕੋਸਟਲੀ ਹੋ ਜਾਂਦੇ ਆ। ਇਹ ਡਬਲ ਡਾਈ ਹੈ, ਲਾਈਟ ਪੀਚ, ਲਾਈਟ ਸੀ ਗ੍ਰੀਨ, ਔਰ ਇਸ ਤਰ੍ਹਾਂ ਇਹਦੀ ਗਲੇ ਦੀ ਡਿਜ਼ਾਇਨਿੰਗ ਕੀਤੀ ਹੋਈ ਹੈ, ਇਸ ਤਰ੍ਹਾਂ ਇਹਦੇ ਬਾਜੂ 'ਤੇ ਵਰਕ ਹੈ। ਔਰ ਬੈਕ 'ਤੇ ਵੀ ਇਹਦੇ ਉਸੇ ਤਰ੍ਹਾਂ ਜਿਹੜਾ ਡਾਈ ਕੀਤਾ ਹੋਇਆ ਜੀ, ਹਾਫ ਪੀਚ ਔਰ ਹਾਫ ਸੀ ਗ੍ਰੀਨ। ਔਰ ਇਹਦਾ ਦੁਪੱਟਾ ਹੈ ਜਿਹੜਾ ਅਸੀਂ, ਸੈਂਟਰ ਪੀਚ ਹੈ, ਇਸ ਤਰ੍ਹਾਂ ਇਹਨੂੰ ਡਬਲ ਡਾਈ ਕਰਕੇ ਲੇਸਿਸ ਦਿੱਤੀਆਂ ਹੋਈਆਂ। ਸੋ ਤੁਸੀਂ ਇਹਨਾਂ ਸੂਟਸ ਨੂੰ ਔਡਰ ਕਰ ਸਕਦੇ ਹੋ ਜੀ, ਕਿਸੇ ਵੀ ਆਪਣੇ ਕਲਰ ਕੰਬੀਨੇਸ਼ਨ 'ਤੇ, ਡਬਲ ਡਾਈ ਕਰਨਾ ਹੈ ਜਾਂ ਸਿੰਗਲ ਡਾਈ 'ਤੇ ਵੀ ਕਰਵਾ ਸਕਦੇ ਹੋ। ਸੋ ਉਹਦੇ ਅਕੋਰਡਿੰਗ ਹੈ ਜਿਹੜੀ ਅਸੀਂ ਤੁਹਾਨੂੰ ਸੂਟਸ ਦਿਖਾਉਣੇ ਆ, ਜਿਵੇਂ ਵੀ ਔਡਰ ਬਣ ਰਿਹਾ ਹੈਗਾ, ਸਟਿਚਿੰਗ ਤੋਂ ਬਾਅਦ ਆ ਜਿਹੜੀ ਫਿਨਿਸ਼ਿੰਗ ਸੂਟ ਦੀ ਡਿਫਰੈਂਟ ਹੋ ਜਾਂਦੀ ਹੈ। ਸੋ ਤੁਸੀਂ ਸਟਿਚਿੰਗ ਵਾਲਾ ਸੂਟ ਵੀ ਦੇਖ ਸਕਦੇ ਹੋ ਕਿ ਲੁੱਕ ਇਹਦੀ ਸਟਿਚ ਹੋਣ ਤੋਂ ਬਾਅਦ ਜਿਹੜੀ ਲੁੱਕ ਹੈ ਕਾਫੀ ਹੈਵੀ ਆਉਂਦੀ ਹੈ। ਸੋ ਜ਼ਰੂਰ ਇਹ ਸੂਟ ਆ ਜਿਹੜੇ ਤੁਸੀਂ ਆਪਣੇ ਪਾਰਟੀ ਵੀਅਰ ਸੂਟਸ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਔਰ ਸਮਰ ਵੀਅਰ ਜਿਵੇਂ ਸੂਟਸ ਹੈਗੇ ਆ, ਇਹ ਬਿਲਕੁਲ ਬਰੀਕ ਡਿਜ਼ਾਇਨ ਹੈ, ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਾ ਸਕਦੇ ਹੋ ਜੀ। ਔਰ ਇਸ ਤਰ੍ਹਾਂ ਆਪਾਂ ਨਵੇਂ ਨਵੇਂ ਡਿਜ਼ਾਇਨਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।